ਆਪਾਂ ਜੀ ਗਰਮੀ 'ਚ ਹੋਣ ਵਾਲੇ ਜ਼ਖਾਮ ਦਾ ਬਿਲਕੁਲ ਪੱਕਾ ਹੱਲ ਕਰਾਂਗੇ ਗਰਮੀ ਦੇ ਵਿੱਚ ਆਪਾਂ ਨੂੰ ਅਕਸਰ ਜ਼ਖਾਮ ਲੱਗ ਜਾਂਦਾ ਹੈ ਤੇ ਉਹ ਕਈ ਦਿਨਾਂ ਤੱਕ ਜਾਂਦਾ ਨਹੀਂ ਹੈਗਾ ਜੇ ਆਪਾਂ ਜਿਆਦਾ ਠੰਡਾ ਪਾਣੀ ਪੀ ਲਈਏ ਜਾਂ ਇੱਕਦਮ ਗਰਮੀ 'ਚੋ ਏਸੀ ਚਾ ਜੀਏ ਜਾਂ ਹਵਾ ਚਾ ਜੀਏ ਜਾਂ ਨਹਾ ਲਈਏ ਇੱਕਦਮ ਆਪਾਂ ਨੂੰ ਜ਼ਖਾਮ ਲੱਗ ਜਾਂਦਾ ਹੈ ਗਰਮੀ ਦਾ ਜ਼ਖਾਮ ਹੈ ਜਿਹੜਾ ਬਹੁਤ ਜਿਆਦਾ ਭੈੜਾ ਹੁੰਦਾ ਹੈ ਭੈੜਾ ਤਾਂ ਕਰਕੇ ਹੁੰਦਾ ਹੈ ਜ਼ਖਾਮ ਦੇ ਨਾਲ ਆਪਾਂ ਨੂੰ ਸਿਰਦਰਦ ਹੁੰਦਾ ਹੈ ਆਪਣਾ ਗਲਾ ਖਰਾਬ ਹੁੰਦਾ ਹੈ ਬੁਖਾਰ ਹੋ ਜਾਂਦਾ ਹੈ ਤੇ ਕੁਝ ਵੀ ਆਪਣਾ ਖਾਣ ਪੀਣ ਨੂੰ ਦਿਲ ਨਹੀਂ ਕਰਦਾ ਹੁੰਦਾ ਐਡਾ ਭੈੜਾ ਹੀ ਜ਼ਖਾਮ ਹੁੰਦਾ ਹੈ ਪਰ ਇਹ ਜ਼ਖਾਮ ਤੁਹਾਡਾ ਸਿਰਫ 5 ਮਿੰਟਾਂ ਦੇ ਵਿੱਚ ਠੀਕ ਹੋ ਸਕਦਾ ਹੈ ਤੁਸੀਂ ਆ ਪੁਰਾਣੇ ਬਜ਼ੁਰਗਾਂ ਦਾ ਦੱਸਿਆ ਇੱਕ ਦੇਸੀ ਤਰੀਕਾ ਵਰਤਣਾ ਹੈ ਕਿਵੇਂ ਇਹਨੂੰ ਵਰਤਣਾ ਹੈ ਵੀਡੀਓ ਦੇ ਐਂਡ ਦੇ ਵਿੱਚ ਤੁਹਾਨੂੰ ਪਤਾ ਲੱਗ ਜੂਗਾ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਤਾਜ਼ੇ ਸਪੈਦੇ ਦੇ ਪੱਤੇ ਲੈ ਕੇ ਆਏ ਆ ਇਹ ਆਪਾਂ ਪੂਰੇ ਪਰਿਵਾਰ ਵਾਸਤੇ ਤਿਆਰ ਕਰ ਰਹੇ ਹਾਂ ਵੀ ਜਿਹਨੂੰ ਵੀ ਕੋਈ ਖਾਮ ਦੀ ਦਿੱਕਤ ਹੋਵੇ ਤਾਂ ਇਹਨੂੰ ਉਹ ਵਰਤ ਸਕਣ ਠੀਕ ਹੈ ਆਹ ਲਓ ਜੀ ਇੰਨੇ ਆਪਣੇ ਕੋਲੇ ਤਾਜ਼ੇ ਸਪੈਦੇ ਦੇ ਪੱਤੇ ਨੇ ਇਹ ਤਾਜ਼ੇ ਸਪੈਦੇ ਦੇ ਪੱਤਿਆਂ ਨੂੰ ਆਪਾਂ ਨੇ ਚੰਗੇ ਤਰੀਕੇ ਨਾਲ ਕਿਸੇ ਚਟਨੀ ਰਗੜਨ ਵਾਲੇ ਕੁੰਡੇ ਦੇ ਵਿੱਚ ਕੁੱਟ ਲੈਣਾ ਜਾਂ ਤਾਂ ਜੇ ਤੁਹਾਡੇ ਘਰੇ ਚਟਨੀ ਰਗੜਨ ਵਾਲਾ ਪੱਥਰ ਦਾ ਕੁੰਡਾ ਹੈ ਉਹਦੇ ਵਿੱਚ ਵੀ ਤੁਸੀਂ ਕੁੱਟ ਸਕਦੇ ਹੋ ਕੋਈ ਲੋਹੇ ਦਾ ਕੁੰਡਾ ਹੈ ਤੁਸੀਂ ਉਹਦੇ ਵਿੱਚ ਵੀ ਇਹਨੂੰ ਕੁੱਟ ਸਕਦੇ ਹੋ ਰਗੜ ਸਕਦੇ ਹੋ ਜਿਵੇਂ ਆਪਾਂ ਚਟਨੀ ਬਣਾਉਣੀ ਹੁੰਦੀ ਆ ਉਸੇ ਤਰੀਕੇ ਨਾਲ ਆਪਾਂ ਨੇ ਸਪੈਦੇ ਦੇ ਪੱਤਿਆਂ ਦੀ ਚਟਨੀ ਤਿਆਰ ਕਰਨੀ ਹੈ ਇਹਨੂੰ ਅੱਗੇ ਵਰਤਣਾ ਕਿਵੇਂ ਉਹ ਤੁਹਾਨੂੰ ਵੀਡੀਓ ਦੇ ਐਂਡ ਦੇ ਵਿੱਚ ਪਤਾ ਲੱਗ ਜੂਗਾ ਤੁਹਾਨੂੰ ਦੱਸ ਦਾਂਗੇ ਵੀ ਕਿਵੇਂ ਇਹਦਾ ਯੂਜ਼ ਕਰਨਾ ਹੈ ਪਰ 5 ਮਿੰਟਾਂ ਦੇ ਵਿੱਚ ਜਿਹੜਾ ਤੁਹਾਡਾ ਜ਼ਖਾਾਮ ਹੈ ਗਰਮੀ ਦਾ ਉਹਨੂੰ ਇਹ ਬਿਲਕੁਲ ਠੀਕ ਕਰੂਗਾ ਐਡਾ ਜਿਆਦਾ ਜ਼ਬਰਦਸਤ ਫਾਰਮੂਲਾ ਹੈ ਇਹ ਪੁਰਾਣੇ ਬਜ਼ੁਰਗ ਜੀ ਆਪ ਹੀ ਦੇਖ ਲੋ ਬੀਜ ਜਦੋਂ ਕਿਸੇ ਨੂੰ ਜ਼ਖਾਮ ਹੁੰਦਾ ਸੀ ਸ਼ਹਿਰ ਦੇ ਵਿੱਚ ਜਾਂ ਡਾਕਟਰ ਕੋਲੇ ਕੋਈ ਦਵਾਈ ਲੈਣ ਨਹੀਂ ਜਾਂਦਾ ਸੀ ਆ ਦੇਸੀ ਤਰੀਕੇ ਤਿਆਰ ਕੀਤੇ ਜਾਂਦੇ ਸੀ ਜੇ ਤੁਹਾਡੇ ਕੋਲੇ ਕਿਸੇ ਵੀ ਤਰੀਕੇ ਦਾ ਕੁੰਡਾ ਨਹੀਂ ਹੈਗਾ ਤੁਹਾਡੇ ਕੋਲੇ ਕੋਈ ਮਿਕਸੀ ਜਾਂ ਜੂਸਰ ਹੈਗਾ ਤਾਂ ਤੁਸੀਂ ਇਹਨੂੰ ਉਹਦੇ ਵਿੱਚ ਵੀ ਕੁੱਟ ਸਕਦੇ ਹੋ ਜਾਂ ਫਿਰ ਤੁਸੀਂ ਇਹਨੂੰ ਕਿਸੇ ਕੱਪੜੇ ਦੇ ਵਿੱਚ ਪਾ ਲਿਓ ਮੋٹے ਜਿਹੇ ਕੱਪੜੇ ਦੇ ਵਿੱਚ ਉਹਦੇ ਵਿੱਚ ਪਾ ਕੇ ਤੁਸੀਂ ਇਹਨੂੰ ਬਰੀਕ ਕਰ ਲਿਓ ਇਸ ਤਰੀਕੇ ਨਾਲ ਜਾਂ ਤੁਸੀਂ ਕਿਸੇ ਗਲਾਸ ਵਗੈਰਾ ਦੇ ਵਿੱਚ ਪਾ ਲਿਓ ਜਾਂ ਤੁਸੀਂ ਇਹ ਪੱਤਿਆਂ ਨੂੰ ਕੱਟ-ਕੱਟ ਕੇ ਫਿਰ ਵੀ ਇਹਨੂੰ ਤੁਸੀਂ ਤਿਆਰ ਕਰ ਸਕਦੇ ਹੋ ਜਦੋਂ ਇਹਦਾ ਯੂਜ਼ ਤੁਹਾਨੂੰ ਵੀਡੀਓ ਦੇ ਵਿੱਚ ਐਂਡ ਤੇ ਪੂਰਾ ਪਤਾ ਲੱਗ ਗਿਆ ਵੀ ਕਰਨਾ ਕਿਵੇਂ ਫਿਰ ਤੁਸੀਂ ਆਪਦੇ ਤਰੀਕੇ ਨਾਲੇ ਪੱਤਿਆਂ ਤੋਂ ਕਿਵੇਂ ਵੀ ਕੰਮ ਲੈ ਸਕਦੇ ਹੋ ਪਰ ਇੱਕ ਵਾਰੀ ਤੁਹਾਨੂੰ ਇਹਦੀ ਚਟਣੀ ਤਿਆਰ ਕਰਨੀ ਪਊਗੀ ਜਿਹੜਾ ਇਹਦਾ ਸਭ ਤੋਂ ਵੱਡਾ ਤੇ ਸਭ ਤੋਂ ਪਹਿਲਾ ਪ੍ਰੋਸੈਸ ਹੈ ਥੋੜੀ ਜੀ ਚਾਹੇ ਮੋਟੀ ਹੋ ਜੇ ਚਟਣੀ ਜਿਆਦਾ ਬਰੀਕ ਨਾ ਹੋਵੇ ਤਾਂ ਵੀ ਕੋਈ ਚੱਕਰ ਨਹੀਂ ਹੈਗਾ ਆਹ ਲਓ ਜੀ ਆਪਾਂ ਨੇ ਇੰਨੀ ਕਵੇਂ ਇਹ ਚਟਣੀ ਤਿਆਰ ਕਰ ਲਈ ਇਸ ਤੋਂ ਬਾਅਦ ਚਾਹੀਦਾ ਜੀ ਆਪਾਂ ਨੂੰ ਇੱਕ ਕੱਪੜਾ ਥੋੜਾ ਜਿਹਾ ਪਤਲਾ ਹੋਵੇ ਜਿਵੇਂ ਚੁੰਨੀ ਟਾਈਪ ਜਾਂ ਹੁੰਦਾ ਹੈ ਉਹਦੇ ਵਿੱਚ ਆਪਾਂ ਇਹਨੂੰ ਸਾਰੇ ਨੂੰ ਪਾ ਲਾਂਗੇ ਇਸ ਤਰੀਕੇ ਨਾਲ ਜਿੰਨਾ ਵੀ ਇਹਦੇ ਵਿੱਚ ਪਾਣੀ ਹੈ ਇਹਨੂੰ ਵੀ ਆਪਾਂ ਇਹਦੇ ਵਿੱਚ ਪਾ ਲਾਂਗੇ ਇਸ ਤੋਂ ਬਾਅਦ ਚੁੰਨੀ ਦਾ ਮੂੰਹ ਆਪਾਂ 모ੜ ਲਾਂਗੇ ਤੇ ਇਹ ਥਲੇ ਪਾਸੇ ਆਪਾਂ ਨੇ ਜਿੰਨਾ ਵੀ ਸਪੈਦਾਆਂ ਦੇ ਪੱਤਿਆਂ ਦਾ ਪਾਣੀ ਹੈ ਇਹਨੂੰ ਸਾਰੇ ਨੂੰ ਆਪਾਂ ਇਸ ਤਰੀਕੇ ਨਾਲ ਕੱਢ ਲਾਂਗੇ ਬਾਹਰ ਠੀਕ ਹੈ ਜੀ ਪਹਿਲਾਂ ਇਹਦੀ ਚਟਣੀ ਤਿਆਰ ਕਰੀ ਕੁੱਟਿਆ ਇਹਨੂੰ ਇਸ ਤੋਂ ਬਾਅਦ ਇਹਦਾ ਜਿਹੜਾ ਸਾਰਾ ਪਾਣੀ ਇਹਨੂੰ ਆਪਾਂ ਇਸ ਤਰੀਕੇ ਨਾਲ ਕੱਢ ਲਾਂਗੇ ਜੇ ਤੁਹਾਡੇ ਕੋਲ ਕੋਈ ਜੂਸਰ ਮਿਕਸਰ ਹੈਗਾ ਤਾਂ ਤੁਸੀਂ ਉਹਦੇ ਵਿੱਚ ਪਾ ਕੇ ਵੀ ਸਪੈਦਾਆਂ ਦਾ ਪਾਣੀ ਕੱਢ ਸਕਦੇ ਹੋ ਬਸ ਸਪੈਦਾਆਂ ਦਾ ਸਾਰਾ ਪਾਣੀ ਕੱਢਣਾ ਹੈ ਇਸ ਤੋਂ ਬਾਅਦ ਜਦੋਂ ਇਹ ਪਾਣੀ ਨਿਕਲ ਗਿਆ ਤੁਸੀਂ ਇਹਨੂੰ ਸਟੋਰ ਕਰਕੇ ਰੱਖਣਾ ਕਿਸੇ ਵੀ ਚੀਜ਼ ਦੇ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ ਕਿਸੇ ਭਾਂਡੇ ਦੇ ਵਿੱਚ ਰੱਖ ਲਓ ਨਹੀਂ ਭਾਂਡੇ 'ਚ ਰੱਖਣਾ ਤਾਂ ਕਿਸੇ ਬੋਤਲ ਦੇ ਵਿੱਚ ਰੱਖ ਲਓ ਇਸ ਤਰੀਕੇ ਨਾਲ ਜਦੋਂ ਤੁਹਾਨੂੰ ਜ਼ਖ ਦਾ ਸ਼ਾਮ ਨੂੰ ਪੈਣ ਲੱਗੇ ਇਹਦੀਆਂ ਤੁਸੀਂ ਦੋ ਬੂੰਦਾ ਹਲਕੀਆਂ ਨੱਕ ਦੇ ਵਿੱਚ ਪਾ ਲਓ ਸਵੇਰ ਨੂੰ ਤੁਹਾਡਾ ਜਖਾਮ ਬਿਲਕੁਲ ਓਕੇ ਹੈ ਜੇ ਦਿਨੇ ਪਾਉਣੀਆਂ ਨੇ ਜਦੋਂ ਮਰਜ਼ੀ ਪਾ ਲਓ ਯਾਰ ਜਦੋਂ ਵੀ ਤੁਹਾਨੂੰ ਲੱਗਦਾ ਵੀ ਜਖਾਮ ਹੋ ਗਿਆ ਬਸ ਦੋ ਬੂੰਦਾ ਸ਼ਾਮ ਨੂੰ ਇਹਦਾ ਰਿਜ਼ਲਟ ਪੂਰਾ ਤਗੜਾ ਹੈ ਰਾਤ ਰਾਤ ਦੇ ਵਿੱਚ ਤੁਹਾਡਾ ਜਖਾਮ ਬਿਲਕੁਲ ਓਕੇ ਹੋ ਜਾਊਗਾ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਬੰਦ ਹੋਇਆ ਨੱਕ ਛਾਤੀ ਜਾਂ ਬਿਲਕੁਲ ਓਕੇ ਹੋ ਜਾਊਗਾ